ਸਰਵਰ ਜ਼ਿਲ੍ਹਾ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ ਸਰਵਰ ਕਿਰਤੀ ਕਿਸਾਨ ਯੂਨੀਅਨ। ਅੱਜ ਅਸੀਂ ਡੀਸੀ ਸਾਹਿਬ ਨੇ ਸੰਗਤ ਦਰਸ਼ਨ ਪ੍ਰੋਗਰਾਮ ਲਾਇਆ ਸੀ। ਅਸੀਂ ਲੋਕਲ ਮੰਗਾਂ ਨੂੰ ਲੈ ਕੇ ਅੱਜ ਮੰਗ ਪੱਤਰ ਦਿੱਤਾ। ਤੁਸੀਂ ਬੰਦ ਦੀ ਮੰਗ ਆ, ਹੋਰ ਲੋਕਾਂ ਦੀ ਮਾਵਜ਼ੇ ਦੀ ਮੰਗ ਆ, ਹੋਰ ਜਿਹੜੀਆਂ ਲੋਕਲ ਮੰਗਾਂ ਸਾਰੀਆਂ ਰੱਖੀਆਂ ਕਿ ਬਹੁਤ ਸਾਰੇ ਥਾਵਾਂ 'ਤੇ ਲਿਖਾਈ ਖਰਾਬ ਹੁੰਦੀ ਫਿਰਦੀ ਹੈ। ਅਸਲੀਅਤ ਨੂੰ ਕੋਈ ਫੜਦਾ ਨਹੀਂ ਹੈ, ਉੱਦਾਂ ਹੀ ਖਾਨਾ ਪੂਰਤੀ ਕਰਕੇ ਪੈਸੇ ਪੂਸੇ ਲੈ ਕੇ ਕਈ ਵਾਰੀ ਗਲਤ ਬਹੁਤ ਸਾਰੇ ਕੰਮ ਹੁੰਦੇ ਆ, ਲੋਕ ਰੁੜਦੇ ਰਹਿ ਜਾਂਦੇ ਆ। ਉਹਦੇ ਸੰਬੰਧ 'ਚ ਹੀ ਇਹ ਸੰਗਤ ਦਰਸ਼ਨ ਆ ਸਭ ਲੋ, ਇਹ ਕਾਗਜ਼ੀ ਪੱਤਰੀ ਸਾਰਾ ਕੁਛ ਲੈ ਜਾਣਾ, ਲੋਕਾਂ ਰਹਿ ਜਾਣੀਆਂ ਫਾਈਲਾਂ ਫੇਲਾ ਉਡਾਉਂਦੀਆਂ ਰਹਿ ਜਾਣੀਆਂ, ਕਿਉਂਕਿ ਅੱਗੇ ਵੀ ਸੰਗਤ ਦਰਸ਼ਨ ਬਹੁਤ ਸਾਰੀਆਂ ਸਰਕਾਰਾਂ ਨੇ ਲਾਏ। ਇਹਦਾ ਕੋਈ ਫਾਇਦਾ ਨਹੀਂ ਜੇ ਦਫ਼ਤਰਾਂ 'ਚ ਹੀ ਬੰਦੇ ਹੈ ਨਹੀਂ, ਕਿ ਜਦੋਂ ਕਿਤੇ ਕਿਸੇ ਵੀ ਦਫ਼ਤਰ 'ਚ ਜਾ ਕੇ ਫਿਰ ਮੰਗ ਪੱਤਰ ਦਿੰਦੇ ਹਾਂ, ਉੱਥੇ ਕਹਿੰਦੇ ਹਾਂ ਉਹਨਾਂ ਨੂੰ ਕੋਈ ਕੰਮ ਕਹਿੰਦੇ ਹਾਂ, ਕਹਿੰਦੇ ਸਾਡੇ ਕੋਲ ਬੰਦੇ ਹੀ ਹੈ ਨਹੀਂ, ਮੁਲਾਜ਼ਮ ਹੀ ਦੋ ਆ। ਆ ਐਸ ਐਚ ਓ ਕਹਿਣ ਡਿਆ ਮੇਰੇ ਦੋ ਹੀ ਮੁਲਾਜ਼ਮ ਆ, ਜੇ ਹਾਈ ਕੋਰਟ ਚੱਲ ਜਾਏ ਫਿਰ ਦੋ ਰਹਿ ਜਾਣੇ ਰਹਿ ਜਾਂਦੇ, ਤੀਜਾ ਚਲੇ ਜਾਂਦਾ। ਇਸ ਕਰਕੇ ਸਰਕਾਰਾਂ ਨੂੰ ਇਸ ਵੇਲੇ ਬੇਰੁਜ਼ਗਾਰੀ ਬਹੁਤ ਵੱਡੇ ਪੱਧਰ 'ਤੇ, ਉਹ ਵੀ ਹੱਲ ਕਰਨਾ ਚਾਹੀਦਾ, ਰੱਖਣੇ ਚਾਹੀਦੇ ਆ। ਆ ਪੁੱਛੀ ਬਾਨ ਹੈ ਜਿਹੜੀ ਵੱਡੀ ਸਮੱਸਿਆ ਹੈ, 10 ਸਾਲਾਂ ਤੋਂ ਰਿਪੇਅਰ ਨਹੀਂ ਹੋਈ, ਵਾਰ ਵਾਰ ਖੁਰਦੇ ਅੱਗੇ ਬੇਲਦਾਰ ਰੱਖੇ ਹੁੰਦੇ ਸੀ ਲਗਾਤਾਰ, ਜਿੱਥੇ ਕਿਤੇ ਖਾਲਾ ਖੁਲਾ ਪੱਲੇ ਖਰਾਬ ਕਰ ਦਿੰਦੇ ਉੱਥੇ ਲਾਉਂਦੇ ਹੁੰਦੇ, ਹੁਣ ਲੱਗਦੀ ਨਹੀਂ ਹੈ। ਬੰਨ ਜਦੋਂ ਪਿਛਲੇ ਸਾਲ ਹੜ ਆਏ ਆ, ਲੋਕਾਂ ਦੇ ਸਹਿਯੋਗ ਨਾਲ ਵੱਧ ਗਏ, ਬਾਬਿਆਂ ਨੇ ਤਾਂ ਨਾਲ ਹੋ ਕੇ ਬਣਾ ਤੇ, ਸਰਕਾਰ ਦਾ ਕੋਈ ਧਿਆਨ ਨਹੀਂ ਹੈ। ਅੱਜ ਵੀ ਖਬਰਾਂ ਆਈ ਜਾਂਦੀਆਂ ਹੜ ਦਾ ਦਿਨ ਆ ਗਏ, ਮੀਂਹ ਦੇ ਦਿਨ ਆ, ਪਰ ਜੇ ਬੀ ਸੀਆਂ ਖੜੀਆਂ ਕਰਕੇ ਤੇਲ ਪੂਰ ਕਾਗਜ਼ਾਂ ਪੂਰਤੀ ਕਰਕੇ ਕਰ ਜਾਂਦੇ, ਕਿਤੇ ਨਾਲੇ ਦੀ ਕਿਸੇ ਦੀ ਸਫਾਈ ਨਹੀਂ ਹੈ ਹੋਈ। ਸਰਕਾਰ ਕਹੀ ਜਾਂਦੀ ਬਿਆਨ ਮੁਕੰਮਲ ਪ੍ਰਬੰਧ ਹੋ ਗਏ, ਜਦੋਂ ਲੋਕ ਰੁੜਦੇ ਹੁੰਦੇ ਫਿਰ ਕਿਸ਼ਤੀਆਂ ਦਿੰਦੇ ਹੁੰਦੇ, ਉਦੋਂ ਮੁਕੰਮਲ ਪ੍ਰਬੰਧ ਪਹਿਲੇ ਮੀਂਹ 'ਚ ਰੁੜ ਜਾਂਦੇ, ਬਹੁਤ ਸਾਰੇ ਥਾਵਾਂ 'ਤੇ ਹੋਇਆ ਵੀ ਹੈ। ਇਸ ਕਰਕੇ ਇਹ ਸਮੱਸਿਆਵਾਂ ਬਹੁਤ ਹੈਗੀਆਂ। ਜਦੋਂ ਵੀ ਕੋਈ ਸਰਕਾਰ ਆਉਂਦੀ ਹੈ ਸਾਰੀਆਂ ਆਪਣੀਆਂ ਗੱਲਾਂ 'ਤੇ ਕਰੀ ਜਾਂਦੀ ਹੈ ਵੀ ਲੋਕਲ ਗਰਾਊਂਡ ਪੱਧਰ 'ਤੇ ਉਹ ਕੰਮ ਨਹੀਂ ਹੈ, ਬਦਲਾਅ ਵਾਲੀ ਸਰਕਾਰ ਦਾ ਵੀ ਕੋਈ ਉਹ ਪ੍ਰਬੰਧ ਨਹੀਂ ਹੈ, ਕਈ ਬਹੁਤ ਕੁਛ ਆਉਂਦੇ ਆ, ਲੋਕ ਅਜੇ ਵੀ ਉੱਦਾਂ ਹੀ ਧੱਕੇ ਖਾਈ ਜਾਂਦੇ, ਅੱਗੇ ਪੈਸੇ ਦੇ ਕੇ ਕਰਾ ਲੈਂਦਾ, ਹੁਣ ਜੇ ਉਹ ਹੈ ਨਹੀਂ ਤਾਂ ਉਹ ਇਹਨੂੰ ਜ਼ਿਆਦਾ ਰਿਸ਼ਵਤ ਸ਼ੁਰੂ ਹੋ ਗਈ ਆ, ਜ਼ਿਆਦਾ ਸਭ ਕੁਛ ਹੋ ਗਿਆ, ਗਰਾਊਂਡ 'ਤੇ ਨਹੀਂ ਹੈ, ਉਹ ਵੀਡੀਓ ਜਾ ਉੱਥੇ ਉਹ ਫੇਸਬੁੱਕਾਂ 'ਤੇ ਹੈ, ਦੂਜਾ ਤੀਜਾ ਹੈਗਾ, ਪਰ ਜੇ ਗਰਾਊਂਡ ਪੱਧਰ 'ਤੇ ਕੰਮ ਹੁੰਦਾ ਫਿਰ ਇਹਨਾਂ ਦੇ 3 ਹੀ ਨਹੀਂ ਸੀ ਐਮ ਪੀ ਬਣਨੇ, ਅਤੇ 13 ਨੂੰ ਫਿਰ 7 ਨਹੀਂ ਸੀ ਕਾਂਗਰਸ ਦੇ ਬਣਨੇ, ਕਿਉਂਕਿ ਲੋਕ ਨੂੰ ਹੋਰ ਜਦੋਂ ਕਮਿਸ਼ਨ ਨਹੀਂ ਦੇਖਿਆ, ਉੱਤੇ ਵੀ ਮੋਦੀ ਖਰਾਬ ਸੀ, ਲੋਕ ਕਹਿੰਦੇ ਜਿਹੜਾ ਜਿੱਤਣ ਵਾਲਾ ਉਹਨੂੰ ਪਾਓ ਵੋਟ, ਉਹ ਜਿਹਦਾ ਹੈ ਵੀ ਉਹਨਾਂ ਜਿੱਤਣਾ ਉਹਨਾਂ ਨੂੰ ਪਾਤੀਆਂ ਲੋਕਾਂ ਨੇ ਵੋਟਾਂ, ਜਿਹੜੇ ਨਹੀਂ ਵੀ ਵੋਟਾਂ ਕਾਂਗਰਸ ਨੂੰ ਪਾਉਂਦੇ ਉਹਨੂੰ ਵੀ ਪਾਉਣੀਆਂ ਪਈਆਂ, ਵੀ ਜਿੱਤਣ ਵਾਲੇ ਨੂੰ ਪਾ ਦਿਓ ਕਿ ਮੋਦੀ ਨੂੰ ਦਿਖਾਉਣਾ ਹੀ ਹੈ ਨਾ। ਇਹ ਸਮੱਸਿਆ ਵਾ ਜੇ ਲੋਕ ਇਹ ਜਿਹੜੇ ਆ ਬਦਲਾਅ ਵਾਲੇ ਆ, ਜੇ ਕਿਤੇ ਗਰਾਊਂਡ ਪੱਧਰ 'ਤੇ ਆ ਕੇ ਕੰਮ ਕਰਨ, ਵੇਖਣ, ਅਫਸਰਾਂ ਨੂੰ ਲਾਉਣ ਤੋਰਨ, ਅਤੇ ਲੋਕਾਂ ਦੇ ਮਸਲੇ ਬਹੁਤ ਸਾਰੇ ਹੱਲ ਹੋ ਸਕਦੇ ਆ। ਬਹੁਤ ਛੋਟੇ ਛੋਟੇ ਮਾਮਲੇ ਹੁੰਦੇ, ਬਹੁਤ ਛੋਟੀਆਂ ਛੋਟੀਆਂ ਗੱਲਾਂ ਹੁੰਦੀਆਂ, ਬਹੁਤ ਵੱਡੀਆਂ ਨਹੀਂ ਹੁੰਦੀਆਂ। ਇਸ ਕਰਕੇ ਬੇਨਤੀ ਅਫਸਰਾਂ ਨੂੰ ਵੀ ਉਹਨਾਂ ਨੂੰ ਕਰਦੇ ਹਾਂ, ਅਤੇ ਸਰਕਾਰਾਂ ਨੂੰ ਵੀ ਕਹਿੰਦੇ ਹਾਂ ਵੀ ਗਰਾਊਂਡ ਪੱਧਰ 'ਤੇ ਲੋਕਾਂ ਦਾ ਕੰਮ ਕਰੋ, ਜੇ ਬਦਲਾਅ ਆ ਤਾਂ ਲੋਕਾਂ ਦੇ ਕਹਿ ਰਹੇ ਹਾਂ, ਅਫਸਰ ਵੀ ਆਪਣੇ ਆਪ ਨੂੰ ਅਫਸਰ ਕਹਾਉਣਾ ਚਾਹੁੰਦੇ ਆ, ਇਹ ਪਬਲਿਕ ਸਰਵੈਂਟ ਹੈ, ਇਹ ਸੇਵਾਦਾਰ ਆ ਲੋਕਾਂ ਦੇ, ਪਬਲਿਕ ਦੇ ਕਮਾਈ 'ਚੋਂ ਤਨਖਾਹਾਂ ਲੈਂਦੇ ਆ, ਫਿਰ ਤੋਂ ਦੁਕਾਨਾਂ ਤੱਕ ਜਿਹੜੀ ਚੀਜ਼ ਸਾਰੇ ਹਰ ਇੱਕ 'ਤੇ ਟੈਕਸ ਆ, ਜਿਹਦਾ ਨਿਗੂਣੀ ਨਾਲ ਨਿਗੂਣੀ ਚੀਜ਼ 'ਤੇ ਟੈਕਸ ਆ, ਉਹ ਆ ਸਰਕਾਰੀ ਖਜ਼ਾਨਾ, ਉੱਥੋਂ ਤਨਖਾਹਾਂ ਲੈਂਦੇ ਆ, ਪਰ ਸਾਰੇ ਹੀ ਪੀਓਨ ਤੋਂ ਲੈ ਕੇ ਪ੍ਰਧਾਨ ਮੰਤਰੀ ਤੱਕ ਸਾਰੇ ਅਫਸਰ ਖਵਾ ਕੇ ਰਾਜ਼ੀ ਆ, ਕੋਈ ਡਾਕਟਰ ਆ ਡਾਕਟਰ ਆ, ਮੈਡੀਕਲ ਅਫਸਰ ਖਵਾ ਕੇ ਰਾਜ਼ੀ ਆ, ਕੋਈ ਆਪਣੀ ਸੇਵਾਦਾਰ ਖਵਾ ਕੇ ਰਾਜ਼ੀ ਨਹੀਂ ਹੈ। ਇਸ ਕਰਕੇ ਇਹ ਜਿਹੜਾ ਘੁਣ ਲੱਗਾ ਹੋਇਆ, ਇਹ ਘੁਣ ਜਿਹੜਾ ਕੋੜ ਆ, ਇਹ ਹੀ ਸਾਰੀਆਂ ਸਮੱਸਿਆ ਦੀ ਜੜ੍ਹ ਆ, ਇਹ ਸਾਡੀ ਸਿਆਸਤ ਤੋਂ। ਇਸ ਕਰਕੇ ਬੇਨਤੀ ਹੈ, ਇਸ ਕਰਕੇ ਜਥੇਬੰਦੀਆਂ ਵੀ ਤਾਂ ਹੀ ਸਰਕਤਾ ਵਾ, ਲੋਕਾਂ ਨੂੰ ਹੁਣ ਜਥੇਬੰਦੀਆਂ ਦੇ ਵਿਸ਼ਵਾਸ ਆ ਕਿਸਾਨ ਕੋਲ ਵੇਖ ਕੇ, ਇਹ ਲੋਕ ਉੱਦਾਂ ਦੇ ਨਹੀਂ ਹੈ ਜਿੱਦਾਂ ਦੇ ਸਿਆਸੀ ਲੋਕ ਹੈ, ਇਹ ਲੋਕ ਲੋਕਾਂ ਦੀ ਗਰਾਊਂਡ ਪੱਧਰ 'ਤੇ ਮਦਦ ਕਰਦੇ ਆ, ਜਿੱਥੇ ਜਿੱਥੇ ਕੋਈ ਗੱਲ ਹੋਈ ਉੱਦਾਂ ਦੇ ਕੰਮ ਕਰਦੇ ਆ। ਇਸ ਕਰਕੇ ਲੋਕਾਂ ਦੀ ਯਾਦ ਜਥੇਬੰਦੀਆਂ ਦੇ, ਇਸ ਕਰਕੇ ਜਥੇਬੰਦੀਆਂ ਦੇ ਅੱਜ ਆਏ ਆ, ਕਿਸੇ ਪ੍ਰਬੰਧਕ ਨੇ ਪ੍ਰਬੰਧ ਨਹੀਂ ਕੀਤਾ ਉੱਥੇ ਬਹਿਣ ਦਾ, ਕਿਸੇ ਨੂੰ ਘੰਟਾ ਖੜ੍ਹੇ ਰਹੇ ਹਾਂ, ਡੀ ਸੀ ਸਾਹਿਬ ਨੂੰ ਉਡੀਕਦੇ ਰਹੇ ਹਾਂ, ਪਰ ਅਸੀਂ ਖੜ੍ਹੇ ਖੜ੍ਹੇ ਉੱਥੇ ਮੰਗ ਪੱਤਰ ਦੇ ਕੇ ਆ ਗਏ, ਉਹਨਾਂ ਦੇ ਧਿਆਨ 'ਚ ਵੀ ਲਿਆਂਦਾ, ਤੋਂ ਮੰਗਾਂ ਵੀ ਦਿੱਤੀਆਂ,
ਅਤੇ ਆਸ ਕਰਾਂਗੇ ਲੋਕ ਹੋਰ ਤਕੜੇ ਹੋਣ, ਜਿੱਥੇ ਵੀ ਕਿਤੇ ਸੰਗਤ ਦਰਸ਼ਨ ਕਰਦੇ ਆ ਇੱਦਾਂ ਸਾਰਾ ਕੁਛ ਕਰੀਏ ਤਾਂ ਜੋ ਆਪਾਂ ਇਹਨਾਂ ਨੂੰ ਕੁਛ ਬਦਲਾ ਸਕੀਏ, ਮੋੜਾ ਦੇ ਸਕੀਏ ਅਤੇ ਪਬਲਿਕ ਦੀ ਖੱਜਲ ਖਰਾਬੀ ਜਿਹੜੀ ਉਹ ਬੰਦ ਹੋ ਜਾਏ। ਬਹੁਤ ਬਹੁਤ ਧੰਨਵਾਦ। ਦੇਖੋ ਜੀ, ਇਹ ਪ੍ਰੋਮਿਸ ਸੀਗਾ ਅੱਗੇ ਵੀ ਆਪਾਂ ਜਦੋਂ ਇਲੈਕਸ਼ਨ ਚੱਲਦੇ ਸੀਗੇ ਉਦੋਂ ਵੀ ਅਸੀਂ ਕਹਿੰਦੇ ਰਹੇ ਕਿ ਜਿਹੜੇ ਲਾਸਟ ਕੈਂਪ ਲੱਗੇ ਸੀਗੇ ਉਹ ਸਟਾਰਟਿੰਗ ਸੀਗੀ। ਸੋ ਇਹ ਇਸ ਗੱਲ ਦਾ ਜਿੰਦਾ ਜਾਗਦਾ ਪ੍ਰੂਫ ਆ, ਇਹ ਕੈਂਪ ਜਿਹੜਾ ਆ ਹੁਣ ਕੋਈ ਚੋਣਾਂ ਤਾਂ ਹੈ ਨਹੀਂ, ਅਤੇ ਚੋਣਾਂ ਤੋਂ ਬਾਅਦ ਜਿਹੜਾ ਆ ਸਰਕਾਰ ਜਿਹੜੀ ਲੋਕਾਂ ਪ੍ਰਤੀ ਜਿਹੜੀ ਉਹਨਾਂ ਦੀ ਇੰਟੈਂਟ ਆ, ਜਿਹੜਾ ਉਹਨਾਂ ਪ੍ਰਤੀ ਜਿਹੜਾ ਵੈਲਫੇਅਰ ਆ, ਜਿਹੜੇ ਉਹਨਾਂ ਲਈ ਕੰਮ ਕਰਨਾ ਚਾਹੁੰਦੀ ਉਹ ਕਲੀਅਰ ਸਾਫ਼ ਤੌਰ 'ਤੇ ਦਿਖਦਾ ਆ, ਉਹ ਕੈਂਪ ਉਹਦਾ ਰਿਜ਼ਲਟ ਹੈ। ਜਿਵੇਂ ਕਿ ਤੁਹਾਨੂੰ ਪਤਾ ਹੈ ਪੰਜਾਬ ਸਰਕਾਰ ਦੀ ਹਦਾਇਤਾਂ ਮੁਤਾਬਿਕ ਪਿੰਡਾਂ ਦੇ ਵਿੱਚ ਜਾ ਕੇ ਸਾਰੇ ਪ੍ਰਸ਼ਾਸਨ ਵੱਲੋਂ ਕੈਂਪ ਲਗਾਏ ਜਾ ਰਹੇ ਹੈ, ਜਿਹਦੇ ਵਿੱਚ ਜੋ ਵੱਖ ਵੱਖ ਵਿਭਾਗ ਦੇ ਮੁਖੀ ਨੇ ਉਹ ਵੀ ਇਹਨਾਂ ਕੈਂਪਾਂ ਦੇ ਵਿੱਚ ਸ਼ਾਮਿਲ ਹੋਏ ਨੇ। ਇਹਨਾਂ ਕੈਂਪਾਂ ਦਾ ਮੁੱਖ ਉਦੇਸ਼ ਇਹੀ ਹੈ ਕਿ ਅਸੀਂ ਲੋਕਾਂ ਤੱਕ ਪਹੁੰਚ ਕਰੀਏ ਔਰ ਲੋਕਾਂ ਤੱਕ ਪ੍ਰਸ਼ਾਸਨ ਦਾ ਪਹੁੰਚ ਬਣਾ ਕੇ ਜੋ ਉਹਨਾਂ ਦੀ ਸਮੱਸਿਆਵਾਂ ਹੈ ਉਹਨਾਂ ਦਾ ਫੌਰੀ ਤੌਰ 'ਤੇ ਹੱਲ ਕਰੀਏ। ਅੱਜ ਦੇ ਇਸ ਕੈਂਪ ਦੇ ਵਿੱਚ ਵੀ ਸਾਨੂੰ ਬਹੁਤ ਵਧੀਆ ਰੁਝਾਨ ਦੇਖਣ ਨੂੰ ਮਿਲਿਆ ਹੈ। ਇੱਥੇ ਦੇ ਅਤੇ ਨਾਲ ਲੱਗਦੇ ਪਿੰਡਾਂ ਦੇ ਲੋਕ ਸਾਡੇ ਕੋਲ ਆਏ ਨੇ, ਉਹਨਾਂ ਦੀ ਕੁਛ ਕੁਛ ਸਮੱਸਿਆਵਾਂ ਸਾਡੇ ਸਾਹਮਣੇ ਧਿਆਨ ਦੇ ਵਿੱਚ ਆਈਆਂ ਨੇ ਔਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹਨਾਂ ਦਾ ਫੌਰੀ ਜੋ ਵੀ ਹੱਲ ਬਣਦਾ ਉਹ ਅਸੀਂ ਕਰੀਏ ਜੀ। ਸਰ, ਇਹ ਕੈਂਪ 'ਚ ਲੋਕਾਂ ਦੀ ਜਿਹੜੀ ਸ਼ਮੂਲੀਅਤ ਬਹੁਤ ਜ਼ਿਆਦਾ ਘੱਟ ਸੀ, ਕਿਤੇ ਨਾ ਕਿਤੇ ਸੂਚਨਾ ਦੀ ਉਤਰੇਗੀ? ਦੇਖੋ ਜੀ, ਵੈਸੇ ਤਾਂ ਸਾਡੀ ਕੋਸ਼ਿਸ਼ ਰਹਿੰਦੀ ਔਰ ਤੁਹਾਡੇ ਰਾਹੀਂ ਵੀ ਮੇਰੀ ਅਪੀਲ ਹੈ ਕਿ ਵੱਧ ਤੋਂ ਵੱਧ ਇਹਨਾਂ ਕੈਂਪਾਂ ਦੇ ਵਿੱਚ ਸ਼ਮੂਲੀਅਤ ਕੀਤੀ ਜਾਵੇ ਤਾਂ ਕਿ ਜੋ ਇਹਨਾਂ ਕੈਂਪਾਂ ਦਾ ਲਾਭ ਹੈ ਔਰ ਜੋ ਮੁੱਖ ਉਦੇਸ਼ ਹੈ ਉਹ ਲੋਕਾਂ ਤੱਕ ਪਹੁੰਚਣ ਦਾ ਹੈ। ਤਾਂ ਮੇਰੀ ਇਹੀ ਤੁਹਾਡੇ ਰਾਹੀਂ ਵੀ ਇਹੀ ਅਪੀਲ ਹੈ ਕਿ ਮੈਕਸੀਮਮ ਜੋ ਲੋਕ ਹੈ ਇਹਨਾਂ ਕੈਂਪਾਂ ਦੇ ਵਿੱਚ ਆਉਣ ਔਰ ਜੋ ਵੀ ਉਹਨਾਂ ਦੀ ਸਮੱਸਿਆਵਾਂ ਹੈ ਔਰ ਜੋ ਪ੍ਰਸ਼ਾਸਨ ਵੱਲੋਂ ਹੱਲ ਕੀਤੀ ਜਾ ਸਕਦੀ ਹੈ ਅਸੀਂ ਪੁਰਜ਼ੋਰ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦਾ ਹੱਲ ਹੋਏ ਜੀ। ਜਿੱਦਾਂ ਕੁਛ ਲੋਕ ਕਹਿ ਰਹੇ ਸੀ ਵੀ ਲੋਕਾਂ ਨੂੰ ਇਹਦੇ ਬਾਰੇ ਬਾਹਲੀ ਜ਼ਿਆਦਾ ਜਾਣਕਾਰੀ ਨਹੀਂ ਮਿਲੀ, ਸਿਰਫ ਰਾਤ ਹੀ ਕਈਆਂ ਨੂੰ ਪਤਾ ਲੱਗਾ, ਇੱਦਾਂ ਦੇ ਕੈਂਪ ਖੜੇ ਟਾਈਮ 'ਤੇ ਅਰੇਂਜ ਕੀਤੇ ਜਾਂਦੇ? ਅਗਾਊ ਸੂਚਨਾ ਦੇਣੀ ਚਾਹੀਦੀ ਲੋਕਾਂ? ਨਹੀਂ ਜੀ, ਸਮੇਂ ਸਿਰ ਅਰੇਂਜ ਕੀਤੇ ਜਾਂਦੇ ਨੇ, ਬਕਾਇਦਾ ਅਸੀਂ ਸ਼ਡਿਊਲ ਕੱਢਿਆ ਔਰ ਅਸੀਂ ਤਕਰੀਬਨ ਮਹੀਨੇ ਦਾ ਸ਼ਡਿਊਲ ਆਲਰੇਡੀ ਐਡਵਾਂਸ ਦੇ ਵਿੱਚ ਕੱਢ ਦਿੱਤਾ ਤਾਂ ਕਿ ਲੋਕਾਂ ਨੂੰ ਇਸ ਬਾਰੇ ਪੂਰੀ ਜਾਣਕਾਰੀ ਹੋਏ ਔਰ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਉਹ ਇਹਨਾਂ ਕੈਂਪਾਂ ਦੇ ਵਿੱਚ ਸ਼ਮੂਲੀਅਤ ਕਰਨ।